ਗੁਰਬਾਣੀ ਦੇ ਵਿੱਚ ਇਹਨਾਂ ਦਾ ਬੇਅੰਤ ਵਾਰ ਜਿਕਰ ਆਂਦਾ ਕਈ ਕੋਟ ਭੂਤ ਪ੍ਰੇਸ਼ੂ ਕਰਮਿਰਗਾਚ ਕੁੜੀ ਜਿਹੜੀ ਆ ਉਹਦੇ ਬਾਲ ਖਿਲਰੇ ਆ ਉਹਨੇ ਹੋਰ ਤਰ੍ਹਾਂ ਮੂੰਹ ਬਣਾਇਆ ਭੂਤਾਂ ਨੂੰ ਗੱਲਾਂ ਕਰਦੀ ਆ ਉਹਨੇ ਚੀਜ਼ਾਂ ਚੁੱਕ ਚੁੱਕ ਮਾਰੀਆਂ ਛੱਟ ਛੱਟ ਮਾਰੀਆਂ ਅੱਛਾ ਜੀ ਉਹ ਹੈਰਾਨ ਹੋਏ ਕਹਿੰਦੇ ਜੀ ਚੰਬੜ ਗਿਆ ਕੋਈ ਸਾਡੇ ਲੋਕ ਜਿਹੜੇ ਹਨ ਪੰਜਾਬੀ ਉਹ ਪ੍ਰਚਾਰਕਾਂ ਦੀਆਂ ਗੱਲਾਂ ਜਿਹੜੀਆਂ ਹਨ ਉਹ ਛੇਤੀ ਮੰਨ ਲੈਂਦੇ ਹਨ ਉਹਨਾਂ ਨੂੰ ਪੂਰੀ ਧਿਆਨ ਨਾਲ ਸੁਣਦੇ ਆ ਤੁਸੀਂ ਇੱਥੇ ਇੱਥੇ ਦੀਆਂ ਅਖਬਾਰਾਂ ਵੀ ਦੇਖੋਗੇ ਤੁਸੀਂ ਜਿਹੜੀਆਂ ਇੰਗਲੈਂਡ ਅਮਰੀਕਾ ਵਿੱਚ ਕੈਨੇਡਾ ਵਿੱਚ ਵੀ ਸ਼ਬਦੀਆਂ ਉਹਨਾਂ ਵਿੱਚ ਪੰਜਾਬੀ ਏਕਵਾਰਾਂ ਵਿੱਚ ਭੂਤਾਂ ਦੀ ਪ੍ਰੇਤਾਂ ਨੂੰ ਕੱਢਣ ਦੀਆਂ ਜਿਹੜੀਆਂ ਐਡਵਰਟਾਈਜ਼ਮੈਂਟ ਆਉਂਦੀਆਂ ਅਸਲ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਨੇ ਅਜੇ ਭੂਤਾਂ ਤੋਂ ਛੁਟਕਾਰਾ ਪਾਉਣ ਲਈ ਹੀ ਗੁਰਬਾਣੀ ਜਿਹੜੀ ਉਹ ਰਚੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬੀ ਲੋਕ ਚੈਨਲ ਦੇ ਵਿੱਚ ਮੈਂ ਹਰਪਾਲ ਸਿੰਘ ਸੁਨਾਮ ਆਪ ਜੀ ਦਾ ਸਵਾਗਤ ਕਰਦਾ ਹਾਂ ਅੱਜ ਦਾ ਅਸੀਂ ਵਿਸ਼ੇਸ਼ ਵਿਸ਼ਾ ਲੈ ਕੇ ਆਪ ਜੀ ਤੇ ਵਾਸਤੇ ਆਏ ਹਾਂ ਜੀ ਕਿ ਭੂਤ ਪ੍ਰੇਤ ਵਾਸਤਵਿਕ ਦੇ ਵਿੱਚ ਕੋਈ ਚੀਜ਼ ਹੈ ਜੇ ਹੈ ਨੇ ਤੇ ਉਹ ਕਿੱਥੇ ਰਹਿੰਦੇ ਨੇ ਉਹਨਾਂ ਦਾ ਸਾਡੇ ਨਾਲ ਕੀ ਬਹੁ ਵਾਸਤਾ ਹੈ ਇਸ ਵਿਸ਼ੇ ਨੂੰ ਕਲੀਅਰ ਕਰਨ ਦੇ ਵਾਸਤੇ ਅੱਜ ਅਸੀਂ ਸਮਝਣਾ ਕਿਉਂਕਿ ਬਹੁਤ ਗੁੰਝਲਦਾਰ ਵਿਸ਼ਾ ਹੈ ਇਸ ਦੇ ਉੱਤੇ ਇਸ ਵਿਸ਼ੇ ਦੇ ਉੱਤੇ ਬਹੁਤੀ ਕੋਈ ਗੱਲਬਾਤ ਵੀ ਨਹੀਂ ਹੁੰਦੀ ਹੈ ਸਾਡੀ ਇਹ ਧਾਰਮਿਕ ਸਟੇਜਾਂ ਦੇ ਉੱਤੇ ਸਮਾਜਿਕ ਜੀਵਨ ਦੇ ਵਿੱਚ ਇਸ ਦੇ ਪ੍ਰਤੀ ਬਹੁਤ ਡਰ ਖੋਫ ਪੈਦਾ ਕੀਤਾ ਜਾਂਦਾ ਹੈ ਆਉ ਅੱਜ ਅਸੀਂ ਕਲੀਅਰ ਕਰਨਾ ਹੈ ਸਾਡੇ ਵਿਚਕਾਰ ਇਸ ਵਿਸ਼ੇ ਦੇ ਮਾਹਰ ਇਸ ਵਿਸ਼ੇ ਨਾਲ ਸੰਬੰਧਿਤ ਸਾਨੂੰ ਦੱਸਣਗੇ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਗੁਰੇਕਬਾਲ ਸਿੰਘ ਜੀ ਸੇਵਕ ਹਾਂਜੀ ਤੁਹਾਡਾ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਹਰਪਾਲ ਸਿੰਘ ਜੀ ਸਭ ਤੋਂ ਪਹਿਲਾਂ ਤੇ ਮੈਂ ਪੰਜਾਬੀ ਲੋਕ ਚੈਨਲ ਦੇ ਦਰਸ਼ਕਾਂ ਦਾ ਫਤੇਬ ਲਾਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਸ ਤੋਂ ਬਾਅਦ ਸਰਦਾਰ ਹਰਪਾਲ ਸਿੰਘ ਜੀ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇੱਕ ਬੜਾ ਹੀ ਸੰਵੇਦਨਸ਼ੀਲ ਵਿਸ਼ਾ ਜਿਹੜਾ ਹੈ ਉਸ ਨੂੰ ਲੈ ਕੇ ਦਰਸ਼ਕਾਂ ਦੇ ਕੋਲ ਆਏ ਹੋ ਕਿਉਂਕਿ ਇਸ ਦੇ ਬਾਰੇ ਵਿੱਚ ਬਹੁਤ ਘੱਟ ਸਿੱਖ ਪੰਥ ਵਿੱਚ ਚਰਚਾ ਕੀਤੀ ਗਈ ਹੈ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜਿਨੇ ਜਿਸ ਸੋਚ ਦੇ ਨਾਲ ਜਿਸ ਦਿਮਾਗ ਨੂੰ ਅ ਵਰਤਨ ਦੀ ਗੱਲ ਜਿਹੜੀ ਕੀਤੀ ਸੀ ਉਹ ਗੱਲ ਜਿਹੜੀ ਆ ਉਹ ਉਹ ਤਾਂ ਹੀ ਵਰਤੀ ਜਾ ਸਕਦੀ ਹੈ ਜੇਕਰ ਅਸੀਂ ਅਜਿਹੇ ਵਿਸ਼ੇ ਜਿਹੜੇ ਹਨ ਜਿਹਦੇ ਬਾਰੇ ਗੁਰੂ ਸਾਹਿਬਾਂ ਨੇ ਸਾਨੂੰ ਬਹੁਤ ਕਲੀਅਰਲੀ ਦੱਸਿਆ ਹੈ ਉਸ ਦੇ ਬਾਰੇ ਵਿਚਾਰ ਕਰੀਏ ਹਾਂਜੀ ਮੇਰਾ ਤਾਂ ਪਹਿਲਾ ਹੀ ਪ੍ਰਸ਼ਨ ਅਰਜਨ ਜੀ ਨੇ ਦੱਸਿਆ ਸੀ ਭੂਮਿਕਾ ਦੇ ਵਿੱਚ ਕਿ ਭੂਤ ਪ੍ਰੇਤ ਜੇ ਹਨ ਤੇ ਕਿੱਥੇ ਰਹਿੰਦੇ ਆ ਤੇ ਉਹਨਾਂ ਦਾ ਸਾਡੇ ਜੀਵਨ ਦੇ ਨਾਲ ਕੀ ਬੋ ਵਾਸਤਾ ਜੀ ਅਸਲ ਵਿੱਚ ਭੂਤ ਪ੍ਰੇਤ ਇੱਕ ਜਿਹੇ ਸ਼ਬਦ ਘੜੇ ਗਏ ਹਨ ਜਿਹੜੇ ਕਿ ਸਾਨੂੰ ਡਰ ਸਾਡੇ ਅੰਦਰ ਡਰ ਪੈਦਾ ਕੀਤਾ ਗਿਆ ਹੈ ਜਿਸ ਦੇ ਬਾਰੇ ਵਿੱਚ ਔਰ ਕੁਝ ਸ਼ਬਦ ਅਜੇ ਵੀ ਘੜੇ ਗਏ ਹਨ ਜਿਨ੍ਹਾਂ ਦਾ ਸਾਨੂੰ ਲਾਲਚ ਦੇ ਕੇ ਦੱਸਿਆ ਗਿਆ ਹੈ ਜਿਵੇਂ ਸਵਰਗ ਤੇ ਨਰਕ ਹੈ ਜਾਂ ਜਿਵੇਂ ਪਾਰਸ ਹੈ ਇਸੇ ਤਰ੍ਹਾਂ ਹੀ ਜਿਵੇਂ ਕਾਮਤਨ ਗਉ ਹੈ ਇਸੇ ਤਰ੍ਹਾਂ ਹੀ ਜਿਵੇਂ ਆਪਾਂ ਉਹ ਕੁਝ ਹੋਰ ਇਹੋ ਜੀਆਂ ਗੱਲਾਂ ਹਨ ਜਿਹੜੀਆਂ ਐਗਜ਼ਿਸਟ ਨਹੀਂ ਕਰਦੀਆਂ ਲੇਕਿਨ ਉਹ ਸਾਡੇ ਸਾਨੂੰ ਉਹਨਾਂ ਦਾ ਸੰਦਰਭ ਦਿੱਤਾ ਗਿਆ ਹੈ ਇਸ ਤਰ੍ਹਾਂ ਭੂਤ ਪਰੇ ਜਿਹੜੇ ਹਨ ਸਾਨੂੰ ਡਰਾਵਾ ਦੇ ਕੇ ਸਾਡੇ ਕੋਲੋਂ ਸਾਡੇ ਅੰਦਰ ਜੋ ਸਾਡੇ ਕੋਲੋਂ ਜੋ ਮਾਇਆ ਹੈ ਜਾਂ ਜੋ ਕੁਝ ਵੀ ਹੈ ਉਹ ਕੱਢਣ ਵਾਸਤੇ ਉਹਨਾਂ ਨੇ ਅਜੇ ਵਤਾਂਵੰਡ ਜਿਹੜੇ ਹਨ ਵਰਤਾਈ ਗਏ ਹਨ ਜਿਵੇਂ ਆਮ ਕਰਕੇ ਨਾ ਦੇਖਿਆ ਜਾਂਦਾ ਪੁਰਾਣੇ ਸਮੇਂ ਦੇ ਵਿੱਚ ਕਿਹਾ ਜਾਂਦਾ ਸੀ ਵੀ ਅੱਜ ਕੱਲ ਵੀ ਸੁਨਸਾਨ ਥਾਵਾਂ ਜਾਂ ਪੁਰਾਣੀਆਂ ਬਿਲਡਿੰਗਾਂ ਜਾਂ ਪੁਰਾਣੇ ਵੱਡੇ ਦਰਖਤ ਦਰਖਤ ਜਾਂ ਫਿਰ ਸਮਸ਼ਾਨ ਭੂਮੀ ਉਹਦੇ ਵਿੱਚ ਲੋਕੀ ਜਾਣ ਤੋਂ ਡਰਦੇ ਆ ਕੋਈ ਖਾਸ ਸਮਾਂ ਉੱਥੋਂ ਦੀ ਨਹੀਂ ਲੰਘਦੇ ਇਹ ਗੱਲਾਂ ਦਾ ਡਰਾਵਾ ਦਿੱਤਾ ਜਾਂਦਾ ਵੀ ਨਾ ਉੱਥੋਂ ਦੀ ਨਹੀਂ ਲੰਘਣਾ ਕਿ ਵਾਕਿਆ ਹੀ ਇਸ ਗੱਲ ਦੇ ਵਿੱਚ ਕੋਈ ਸੱਚਾਈ ਹੈ ਜਾਂ ਸਾਡਾ ਕੋਈ ਮਨ ਦਾ ਭਰਮ ਹੈ ਇਸ ਦੇ ਬਾਰੇ ਵਿੱਚ ਜਨਰਲ ਸਾਨੂੰ ਭੂਤ ਪ੍ਰੇਤਾਂ ਦਾ ਜੋ ਸੰਸਾਰ ਦਾ ਇਤਿਹਾਸ ਹੈ ਉਹਨੂੰ ਥੋੜਾ ਜਿਹਾ ਵਾਚਣਾ ਪਏਗਾ ਜੀ ਕਿਉਂਕਿ ਸੰਸਾਰ ਦੇ ਵਿੱਚ ਅੱਜ ਤੋਂ ਕੋਈ 7-800 ਸਾਲ ਪਹਿਲਾਂ ਜੀ ਭੂਤਾਂ ਦਾ ਬੜਾ ਮੋਲਬਾਲਾ ਸੀ ਹਰ ਇੱਕ ਦੇਸ਼ ਦੇ ਵਿੱਚ ਜੀ ਲੇਕਿਨ ਜਿਉਂ-ਜਿਉਂ ਦੇਸ਼ਾਂ ਨੇ ਤਰੱਕੀ ਕੀਤੀ ਜਿਉਂ-ਜਿਉਂ ਯੂਨੀਵਰਸਿਟੀਆਂ ਬਣੀਆਂ ਜਿਉਂ-ਜਿਉਂ ਐਜੂਕੇਸ਼ਨ ਆਈ ਜਿਉਂ-ਜਿਉਂ ਗਰੀਬੀ ਕਟੀ ਤਿਉਹ ਤੋਂ ਜਿਹੜੇ ਡਿਵੈਲਪ ਕੰਟਰੀ ਸੀਗੇ ਉਹਨਾਂ ਵਿੱਚ ਭੂਤ ਪ੍ਰੇਤ ਜਿਹੜੇ ਸੀ ਉਹ ਖਤਮ ਹੋ ਗਏ। ਉਹ ਦੌਰ ਦੇ ਗਏ। ਪਤਾ ਨਹੀਂ ਕਿੱਥੇ ਚਲੇ ਗਿਆ। ਲੇਕਿਨ ਕੁਝ ਦੇਸ਼ ਅਜੇ ਵੀ ਜਏ ਹਨ। ਖਾਸ ਤੌਰ ਤੇ ਆਪਣਾ ਹਿੰਦੁਸਤਾਨ ਜਾਂ ਖਾਸ ਤੌਰ ਤੇ ਪੰਜਾਬ ਜਿਹੜਾ ਹੈ ਸ਼ਾਇਦ ਸਾਰੇ ਭੂਤ ਜਿਹੜੇ ਹਨ ਬੰਗਲਾਦੇਸ਼ਾਂ ਤੋਂ ਉਹਨਾਂ ਦੇ ਸ਼ਬਜ ਜਾ ਕੇ ਕੱਟੇ ਹੋ ਗਏ ਹਨ। ਤੋਂ ਇਸ ਦਾ ਕਾਰਨ جہਾਲਤ ਹੈ। ਇਸ ਦਾ ਕਾਰਨ ਮਨੋ ਗ੍ਰੋਗ ਹਨ। ਇਸ ਦਾ ਕਾਰਨ ਗਰੀਬੀ ਹੈ। ਇਸੇ ਕਰਕੇ ਹੀ ਇਹ ਭੂਤ ਜਿਹੜੇ ਹਨ ਗਰੀਬਾਂ ਦੀਆਂ ਬਸਤੀਆਂ ਵਿੱਚ ਵਧੇਰੇ ਪਾਏ ਜਾਂਦੇ ਹਨ ਉਹਨਾਂ ਜਗ੍ਹਾ ਦੇ ਉੱਤੇ ਜਿੱਥੇ ਸਵਾਸ ਜਿਹੜਾ ਠੀਕ ਨਹੀਂ ਹੁੰਦਾ ਉਹਨਾਂ ਲੋਕਾਂ ਦੇ ਵਿੱਚ ਇਹਨਾਂ ਘੂਤਾਂ ਦਾ ਜਿਹੜੀ ਗੱਲ ਹੈ ਉਹ ਜ਼ਿਆਦਾ ਤੌਰ ਤੇ ਤੁਹਾਡਾ ਕਹਿਣ ਤੁਹਾਡਾ ਕਹਿਣ ਦਾ ਭਾਵ ਹੈ ਅਗਿਆਨਤਾ ਹੀ ਭੂਤ ਪ੍ਰੇਤ ਨੇ ਬਿਲਕੁਲ ਇਹ ਗੱਲ ਬਿਲਕੁਲ ਸਹੀ ਹੈ ਕਿ ਅਗਿਆਨਤਾ ਜਿਹੜੀ ਆ ਉਹ ਹੀ ਭੂਤ ਪ੍ਰੇਤਾਂ ਨੂੰ ਜਨਮ ਦਿੰਦੀ ਆ ਅਸਲ ਵਿੱਚ ਜਦੋਂ ਸਾਡਾ ਮਨ ਕਮਜ਼ੋਰ ਹੁੰਦਾ ਉਸ ਵੇਲੇ ਕਮਜ਼ੋਰ ਮਨ ਜਿਹੜਾ ਹੈ ਉਹ ਆਪਣੇ ਸੋਚ-ਸੋਚ ਕੇ ਉਹਦੇ ਮਨ ਵਿੱਚ ਕੁਝ ਜਿਹੜਾ ਡਰ ਪੈਦਾ ਹੋ ਜਾਂਦਾ ਹੈ ਉਹ ਇੱਕ ਅਰਈ ਅਕ੍ਰਿਤੀ ਇੱਕ ਜਿਹੀ ਸ਼ਕਲ ਜਿਹੜੀ ਆ ਉਸ ਉਹਦੇ ਸਾਹਮਣੇ ਪੈਦਾ ਹੋ ਜਾਂਦੀ ਹੈ ਔਰ ਉਹ ਉਸ ਸ਼ਕਲ ਤੋਂ ਡਰਦਾ ਰਹਿੰਦਾ ਹੈ ਜਦੋਂ ਕਿਤੇ ਹਨੇਰਾ ਹੁੰਦਾ ਹੈ ਉਸ ਵੇਲੇ ਉਹ ਨੂੰ ਸਮਝਦਾ ਕਿ ਇਹ ਸ਼ਾਇਦ ਭੂਤ ਹੈ ਪਰ ਇਹ ਸਾਰਾ ਕੁਝ ਉਸਦੇ ਮਨ ਦਾ ਵਹਿਮ ਹੈ ਔਰ ਇਹ ਵਹਿਮ ਜਿਹੜਾ ਆਮ ਤੌਰ ਤੇ ਗਰੀਬ ਲੋਕਾਂ ਦੇ ਵਿੱਚ ਆਮ ਤੌਰ ਤੇ ਦੱਬੇ ਕੁਚਲੇ ਲੋਕਾਂ ਦੇ ਵਿੱਚ ਜਿਨ੍ਹਾਂ ਦੇ ਅਧਿਕਾਰ ਜਿਹੜੇ ਹਨ ਉਹ ਉਹਨਾਂ ਕੋਲੋਂ ਖੋਹ ਲਏ ਜਾਂਦੇ ਹਨ ਉਹਨਾਂ ਲੋਕਾਂ ਦੇ ਵਿੱਚ ਜ਼ਿਆਦਾ ਇਸ ਦੀ ਪ੍ਰਵਿਰਤੀ ਜਿਹੜੀ ਆ ਉਹ ਪਾਈ ਜਾਂਦੀ ਹੈ ਦੇਖੋ ਇੱਕ ਆਮ ਸਵਾਲ ਆਏ ਆਂਦਾ ਹੈ ਵੀ ਜੇ ਭੂਤ ਪ੍ਰੇਤ ਨਹੀਂ ਹਨ ਤਾਂ ਇਹ ਸ਼ਬਦ ਬਣੇ ਕਿਉਂ ਗੁਰਬਾਣੀ ਦੇ ਵਿੱਚ ਇਹਨਾਂ ਦਾ ਬੇਅੰਤਵਾਰ ਜ਼ਿਕਰ ਆਂਦਾ ਕਈ ਕੋਟ ਭੂਤ ਪ੍ਰੇਤ ਸੁਕਰਮਿਰਗਾਚ ਬੇਅੰਤ ਵਾਰ ਭੂਤਾਂ ਦਾ ਜ਼ਿਕਰ ਆਂਦਾ ਹੈ ਅੰਤਕਾਲ ਜੋ ਮੰਦਰ ਸਿਮਰੈ ਐਸੀ ਚਿੰਤਾਵੇਂ ਜੇ ਮਰੇ ਪ੍ਰੇਤ ਜੋਣ ਬਲ ਬਲ ਉਤਰੈ ਐਸੇ ਸ਼ਬਦ ਬੇਅੰਤ ਵਾਰ ਆਂਦੇ ਨੇ ਕੀ ਇਹ ਜੇ ਜੋਨੀ ਨਹੀਂ ਹੈ ਜੇ ਇਹ ਕੋਈ ਚੀਜ਼ ਹੈ ਹੀ ਨਹੀਂ ਹੈ ਤਾਂ ਫਿਰ ਇਹ ਸ਼ਬਦ ਆ ਕਿੱਥੋਂ ਗਏ ਜੀ ਅਸਲ ਵਿੱਚ ਜਿਹੜੇ ਭੂਤ ਪ੍ਰੇਤ ਹਨ ਜੀ ਉਹਨਾਂ ਦੇ ਬਾਰੇ ਜਦੋਂ ਅਸੀਂ ਗੁਰਬਾਣੀ ਦੇ ਅਨੁਸਾਰ ਜਨਣਾ ਹਾਂ ਜੀ ਤਾਂ ਸਾਨੂੰ ਗੁਰਬਾਣੀ ਦੇ ਸਮਝਣ ਦੀ ਪੁੱਝਣ ਦੀ ਲੋੜ ਹੈ ਜੀ ਅਸਲ ਵਿੱਚ ਅ ਅਸੀਂ ਜਿੰਨਾ ਚਿਰ ਬੁੱਝਦੇ ਨਹੀਂ ਗੁਰਬਾਣੀ ਨੂੰ ਸਮਝਦੇ ਨਹੀਂ ਜਾਣਦੇ ਨਹੀਂ ਉਹਨਾਂ ਚਿਰ ਅਸੀਂ ਪੂਤ ਪ੍ਰੇਤ ਜਿਹੜੇ ਆ ਉਸ ਦੇ ਬਾਰੇ ਵਿੱਚ ਵੀ ਆਪਣਾ ਵਿਚਾਰ ਜਿਹੜਾ ਹੈ ਉਹ ਨਹੀਂ ਦੱਸਦੇ ਬੁੱਝਣ ਵਾਸਤੇ ਦੋ ਚੀਜ਼ਾਂ ਜ਼ਰੂਰੀ ਆ ਇੱਕ ਤਾਂ ਇਹ ਆ ਕਿ ਸਾਨੂੰ ਸ਼ਬਦਾਂ ਦੇ ਜੋ ਗੁਰਬਾਣੀ ਵਿੱਚ ਲਿਖੇ ਗਏ ਹਨ ਉਹਨਾਂ ਦੇ ਅਰਥ ਹੋਣੇ ਚਾਹੀਦੇ ਹਨ ਜਿਹੜੇ ਪਹਿਲਾਂ ਲੈ ਜਾਂਦੇ ਸੀ ਔਰ ਦੂਸਰੀ ਗੱਲ ਇਹ ਆ ਕਿ ਉਹਨਾਂ ਨਵੇਂ ਅਰਥ ਜਿਹੜੇ ਹਨ ਸ਼ਬਦਾਂ ਦੇ ਜਿਹੜੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਦਿੱਤੇ ਹਨ ਸਾਨੂੰ ਉਹਨਾਂ ਦੇ ਬਾਰੇ ਵਿੱਚ ਵੀ ਜਾਣਕਾਰੀ ਉਨੀ ਚਾਹੀਦੀ ਹੈ ਕਿਉਂਕਿ ਗੁਰੂ ਸਾਹਿਬਾਨੇ ਜਿੰਨੇ ਵੀ ਸ਼ਬਦ ਗੁਰਬਾਣੀ ਵਿੱਚ ਲਿਖੇ ਹਨ ਉਹਨਾਂ ਸਾਰਿਆਂ ਦੇ ਨਵੇਂ ਅਰਥ ਦਿੱਤੇ ਇਤੋਂ ਤੱਕ ਰੱਬ ਨੂੰ ਲੈ ਲਓ ਸਭ ਤੋਂ ਵੱਡਾ ਜਿਹੜਾ ਧਰਮ ਦੇ ਖੇਤਰ ਵਿੱਚ ਰੱਬ ਆਉਂਦਾ ਹੈ ਪਰਮਾਤਮਾ ਗॉड ਹੈ ਉਸ ਦੇ ਵੀ ਨਵੇਂ ਅਰਥ ਗੁਰੂ ਸਾਹਿਬਾਨੇ ਸਾਨੂੰ ਦਿੱਤੇ ਹਨ ਇਹ ਅਰਥ ਪਹਿਲੇ ਕਦੇ ਕਿਸੇ ਵੀ ਧਰਮ ਨੇ ਨਹੀਂ ਦਿੱਤੇ ਗੁਰੂ ਸਾਹਿਬਾਨੇ ਕਿਹਾ ਵੀ ਮੇਰਾ ਪਰਮਾਤਮਾ ਜਿਹੜਾ ਹੈ ਉਹ ਘਟ ਘਟ ਦੇ ਵਿੱਚ ਸਮੋਇਆ ਹੋਇਆ ਹੈ ਰੱਬ ਹੀ ਸ੍ਰਿਸ਼ਟੀ ਹੈ ਸ੍ਰਿਸ਼ਟੀ ਵਿੱਚ ਰੱਬ ਹੈ ਰੱਬ ਵਿੱਚ ਸ੍ਰਿਸ਼ਟੀ ਹੈ ਸ੍ਰਿਸ਼ਟੀ ਤੇ ਰੱਬ ਇੱਕੋ ਹੀ ਹਨ ਕੁਦਰਤ ਤੇ ਰੱਬ ਇੱਕੋ ਹਨ ਖਲਕ ਫਰੀਦਾ ਕਲ ਕਲਕਮੇ ਖਲਕ ਵਸੇ ਰੱਬ ਆਏ ਇਹ ਇੱਕੋ ਹੀ ਹਨ ਵਕ ਵਕ ਨਹੀਂ ਹਨ ਜਦੋਂ ਸੰਵੇਦਨਾ ਹੈ ਤਾਂ ਉਹ ਇੱਕੋ ਹੀ ਸ਼ਕਤੀ ਹੋ ਜਾਂਦੀ ਹੈ ਉਹ ਉਸ ਉਹ ਹੀ ਸ਼ਕਤੀ ਜਿਹੜੀ ਹੈ ਉਹ ਸਾਨੂੰ ਬਾਹਰ ਜਿਹੜੀ ਹੈ ਉਹ ਦਿਖਾਈ ਦਿੰਦੀ ਹੈ ਇਸ ਕਰਕੇ ਜਿਹੜੇ ਗੁਰਬਾਣੀ ਨੂੰ ਸਮਝ ਕੇ ਅਸੀਂ ਹੋਰ ਵੀ ਬਹੁਤ ਸਾਰੇ ਸ਼ਬਦਾਂ ਨੂੰ ਜਿਵੇਂ ਕਿ ਆਪਾਂ ਦੇਖ ਲਈਏ ਭਗਤੀ ਕੀ ਹੈ ਸ਼ਕਤੀ ਕੀ ਹੈ ਹਿੰਦੂ ਕੌਣ ਹੈ ਮੁਸਲਮਾਨ ਕੌਣ ਹੈ ਸਵਰਗ ਕੀ ਹੈ ਨਰਕ ਕੀ ਹੈ ਇਹਨਾਂ ਦੇ ਗੁਰਸਬਦ ਨਵੇਂ ਅਰਥ ਦਿੰਦੇ ਹਨ ਕੋਸ਼ਿਸ਼ ਹੈ ਵੀ ਅਰਥ ਹਨ ਸ਼ਬਦ ਹਨ ਜਿਹੜੇ ਸੰਸਾਰ ਦੇ ਵਿੱਚ ਐਗਜ਼ਿਸਟ ਨਹੀਂ ਕਰਦੇ ਜਿਵੇਂ ਕਾਮ ਤਨ ਗਊ ਹੈ ਉਹ ਕੁਝ ਕਿਸੇ ਨੇ ਨਹੀਂ ਦੇਖੀ ਜੇ ਪਾਰਸ ਹੈ ਉਸ ਦਾ ਬੜਾ ਜਿਕਰ ਹੁੰਦਾ ਹੈ ਗੁਰਬਾਣੀ ਦੇ ਵਿੱਚ ਪਾਰਸ ਜਿਹੜਾ ਸ਼ਬਦ ਹੈ ਜੇ ਅਗਰ ਪਾਰਸ ਸੱਚਮੁੱਚ ਸਾਨੂੰ ਹੁੰਦਾ ਹੈ ਸੰਚਾਰ ਦੇ ਉੱਤੇ ਤਾਂ ਇਹ ਦੁਨੀਆ ਦਾ ਜਿੰਨਾ ਵੀ ਲੋਹਾ ਸੀ ਉਹ ਸਾਰਾ ਸੋਨਾ ਬਣਿਆ ਹੋਣਾ ਸੀ ਇਸ ਕਰਕੇ ਇਹ ਕੁਝ ਚੀਜ਼ਾਂ ਜਿਹੜੀਆਂ ਹਨ ਉਹ ਸਾਡੇ ਲੋਭ ਲਾਲਚ ਨੂੰ ਪੂਰਾ ਕਰਨ ਵਾਸਤੇ ਜਿਵੇਂ ਸਵਰਗ ਨਰਕ ਹੈ ਸਵਰਗ ਕਿਸੇ ਨੇ ਨਹੀਂ ਦੇਖਿਆ ਨਰਕ ਕਿਸੇ ਨੇ ਨਹੀਂ ਦੇਖਿਆ ਪਰ ਗੁਰੂ ਸਾਹਿਬ ਨੇ ਇਹਨਾਂ ਸਾਰਿਆਂ ਦੇ ਨਵੇਂ ਅਰਥ ਦਿੱਤੇ ਹਨ ਇਸੇ ਤਰ੍ਹਾਂ ਗੁਰੂ ਸਾਹਿਬਾਂ ਨੇ ਪੂਤ ਪ੍ਰੇਤ ਦੇ ਵੀ ਨਵੇਂ ਅਰਥ ਦਿੱਤੇ ਕੋਈ ਅਰਥ ਤੁਸੀਂ ਦੱਸੋਗੇ ਜੀ ਕਿੰਨੂ ਪ੍ਰੇਤ ਕਿਹਾ ਗਿਆ ਗੁਰਬਾਣੀ ਵਿੱਚ ਅ ਗੁਰੂ ਸਾਹਿਬਾਂ ਨੇ ਗੁਰਬਾਣੀ ਦੇ ਵਿੱਚ ਪੂਤ ਪ੍ਰੇਤ ਦੀ ਜਿਵੇਂ ਮਾਇਆ ਡੈਫੀਨੇਸ਼ਨ ਦਿੱਤੀ ਆ ਮਾਇਆ ਮੋਹ ਪ੍ਰੇਤ ਹੈ ਕਾਮ ਕ੍ਰੋਧ ਅਹੰਕਾਰ ਆ ਜਿਹੜੇ ਇਨਸਾਨ ਮਾਇਆ ਦੇ ਮੋਹ ਵਿੱਚ ਫਸੇ ਹੋਏ ਹਨ ਹਾਂਜੀ ਉਹ ਅਸਲ ਵਿੱਚ ਪ੍ਰੇਤ ਜੁਨੀ ਹਨ ਜਿਹੜੀ ਪ੍ਰੇਤ ਜਿਹੜੇ ਗੋਣ ਆਪਾਂ ਜਿਹੜੇ ਔਗਣ ਆਪਾਂ ਪ੍ਰੇਤ ਜੁਨੀ ਵਿੱਚ ਮੰਨਦੇ ਰਹੇ ਹਾਂ ਜਿਹੜੇ ਉਹ ਜਿਹਨਾਂ ਵਿੱਚ ਆ ਜਾਂਦੇ ਆ ਉਹ ਹੀ ਪ੍ਰੇਜੋਨੀ ਜੜੀ ਬਣ ਜਾਂਦੀ ਆ ਜੇ ਕਬੀਰ ਸਾਹਿਬ ਨੇ ਸਿੱਧਾ ਹੀ ਦਿੱਤਾ ਹੈ ਕਬੀਰ ਜੈ ਕਰ ਜੈ ਕਰ ਸਾਧ ਨਾ ਸੇਵੀਏ ਹਰ ਕੀ ਸੇਵਾ ਨਾ ਹੈ ਤੇ ਘਰ ਮਰਹਟ ਸਾਰ ਕੇ ਭੂਤ ਵਸੇ ਤੇ ਮਾਇ ਉਹ ਘਰ ਜਿਹੜਿਆਂ ਨੂੰ ਸ਼ਮਸ਼ਾਨ ਘਾਟ ਹਨ ਲੇਕਿਨ ਉਹਨਾਂ ਵਿੱਚ ਵਸਣ ਵਾਲੇ ਬੰਦੇ ਜਿਹੜੇ ਆ ਉਹ ਭੂਤ ਹਨ ਨਾ ਕਿ ਕੋਈ ਭੂਤ ਉਹ 12 ਆਉਂਦੇ ਹਨ ਜਾਂ 12 ਆਉਂਦੇ ਹਨ ਉਸ ਵਿੱਚ ਬਣਨ ਵਾਲੇ ਬੰਦੇ ਜਿਹੜੇ ਆਪੂਤ ਅਸਲ ਵਿੱਚ ਗੁਰੂ ਸਾਹਿਬ ਨੇ ਬੰਦਿਆਂ ਨੂੰ ਹੀ ਇਨਸਾਨਾਂ ਨੂੰ ਹੀ ਹਰ ਜਿਹੜੀ ਆ ਉਹ ਉਹ ਹੀ ਸਭ ਕੁਝ ਬਣ ਸਕਦੇ ਹਨ ਉਹਨਾਂ ਨੂੰ ਵੀ ਜਾਨਵਰ ਵੀ ਆਇਆ ਹੈ ਗੁਰੂ ਸਾਹਿਬਾਂ ਨੇ ਇਹ ਜਿਹੜੇ ਸਾਸਕ੍ਰਿਤੀ ਸ਼ਲੋਕ ਆ ਜੀ ਉਹਦੇ ਵਿੱਚ ਉਹਨਾਂ ਨੇ ਦੱਸਿਆ ਹੈ ਕਿ ਗੁਰਮੰਤਰ ਹੀਣਸ ਜੋ ਪ੍ਰਾਣੀ ਜੋ ਪ੍ਰਾਣੀ ਤਿਰਗੰਤ ਜਨਮ ਪ੍ਰਸਤ ਹੈ ਅੱਗੇ ਕੀ ਲਿਖਿਆ ਕੂਕਰੇ ਸੂਕਰੇ ਗਰਦਵੇ ਕਾਕੇ ਸਰਪਨੇ ਤੁਲਖਲੇ ਹੁਣ ਇਹ ਕੀ ਆ ਇਹ ਇਨਸਾਨਾਂ ਦੇ ਸੁਭਾਅ ਅਨੁਸਾਰ ਇਨਸਾਨ ਆਪਣਾ ਜਿਹੜਾ ਜੀਵਨ ਹੈ ਉਹ ਬਤੀਤ ਕਰਦਾ ਹੈ ਔਰ ਉਸ ਨੂੰ ਉਹ ਕੀ ਗੁਰੂ ਸਾਹਿਬ ਨੇ ਆਖਿਆ ਹੈ ਕਿ ਭਾਈ ਤੂੰ ਇਹੋ ਜਿਹਾ ਜੀਵਨ ਨਾ ਬਤੀਤ ਕਰ ਕਿਉਂਕਿ ਕਰਤੂਤ ਪਸ਼ੂ ਕੀ ਮਾੜਸ ਜਾਤ ਤੇ ਮੇਰਾ ਇਹ ਫਿਰ ਉੱਥੀ ਗੱਲ ਹੈ ਵੀ ਜੇ ਗੁਰਬਾਣੀ ਦੇ ਵਿੱਚ ਇਹਨਾਂ ਦਾ ਜ਼ਿਕਰ ਤਾਂ ਆ ਰਿਹਾ ਹੈ ਪਰ ਇਹ ਕੰਟੈਂਟ ਸੰਦਰਭ ਤੁਸੀਂ ਕਹਿ ਰਹੇ ਹੋ ਵੀ ਅਲੱਗ-ਅਲੱਗ ਦੇ ਵਿੱਚ ਹੈਗਾ ਵੀ ਜਿਵੇਂ ਮਾਇਆ ਮੋਹ ਪ੍ਰੇਤ ਹੈ ਕਾਮ ਕ੍ਰੋਧ ਹੰਕਾਰਾ ਇਹ ਹੀ ਪ੍ਰੇਤ ਨੇ ਅਸਲ ਦੇ ਵਿੱਚ ਮੌਜੂਦਾ ਸੰਦਰਭ ਦੇ ਵਿੱਚ ਜਿਹੜੀਆਂ ਜਉਂਦੇ ਜਾਗਦੇ ਪ੍ਰੇਤ ਭੂਤਾਂ ਤੁਰੀਆਂ ਫਿਰਦੀਆਂ ਉਹਨਾਂ ਬਾਰੇ ਤੁਸੀਂ ਕੀ ਕਹਿੰਦੇ ਹੋ ਜੀ ਇਹ ਇਸ ਤਰ੍ਹਾਂ ਹੈ ਜੀ ਕਿ ਜਿਹੜੇ ਕਮਜ਼ੋਰ ਮਨਾਂ ਵਾਲੇ ਅੰਸਾਰ ਹੁੰਦੇ ਆ ਜੀ ਜਿਹੜਿਆਂ ਦੇ ਉੱਤੇ ਅ ਮਨੋਵਿਗਿਆਨਕ ਤੌਰ ਤੇ ਜਿਹਨਾਂ ਤੇ ਉਹ ਉਹਨਾਂ ਉਹਨਾਂ ਦੇ ਅੰਦਰ ਇਹ ਭੂਤ ਜਿਹੜੇ ਹਨ ਉਹ ਘਰ ਕਰ ਜਾਂਦੇ ਭੂਤ ਅਰਥਾਤ ਕਿ ਉਹਨਾਂ ਦੇ ਅੰਦਰ ਵਹਿਮ ਪੈ ਜਾਂਦਾ ਹੈ ਕਿ ਮੇਰਾ ਕੋਈ ਪਿੱਛਾ ਕਰ ਰਿਹਾ ਹੈ ਜਾਂ ਮੈਨੂੰ ਕੋਈ ਦੇਖ ਰਿਹਾ ਹੈ ਜਾਂ ਮੈਨੂੰ ਕੋਈ ਫੜ ਲੈਣਾ ਹੈ ਉਹਨੂੰ ਕੁਛ ਨਾ ਕੁਛ ਜਿਹੜਾ ਦਿਸਦਾ ਰਹਿੰਦਾ ਹੈ ਮੈਂ ਤੁਹਾਨੂੰ ਇੱਕ ਸੱਚੀ ਕਹਾਣੀ ਦੱਸਦਾ ਹਾਂ ਜਿਹੜੀ ਮੇਰੇ ਨਾਲ ਬੀਤੀ ਹੋਈ ਹੈ। ਅੱਛਾ ਜੀ। ਕਿ ਸਾਡੇ ਨਾਲ ਹੀ ਪਿੰਡ ਆ ਇੱਕ ਧੀਰਮੱਲੀਆਂ ਉਹਨਾਂ ਨੂੰ ਕਹਿੰਦੇ ਆ। ਜੀ। ਉਹਦੇ ਵਿੱਚ ਇੱਕ ਕੁੜੀ ਸੀ। ਜੀ। ਉਸ ਦਾ ਕਿਸੇ ਮੁੰਡੇ ਨਾਲ ਪਿਆਰ ਸੀ। ਜੀ। ਔਰ ਉਹ ਮੁੰਡੇ ਨਾਲ ਪਿਆਰ ਕਰਦੀ ਤੇ ਉਹਨੇ ਵਾਦਾ ਕੀਤਾ ਕਿ ਮੈਂ ਤੇਰੇ ਨਾਲ ਵਿਆਹ ਜਿਹੜਾ ਹੈ ਉਹ ਕਰਾਵਾਂਗੇ। ਲੇਕਿਨ ਉਹਦੇ ਘਰਦਿਆਂ ਨੇ ਜੀ। ਉਹਨਾਂ ਨੂੰ ਦੱਸਿਆ ਨਹੀਂ ਕਿਉਂਕਿ ਪਿੰਡ ਵਿੱਚ ਲੋਕੀ ਨਹੀਂ ਦੱਸਦੀਆਂ। ਜੀ ਜੀ। ਮੱਚੀਆ ਉਹ ਕਰਦਿਆਂ ਨੇ ਕਿਤੇ ਹੋਰ ਜਿਹੜਾ ਸੀ ਉਹ ਵਿਆਹ ਕਰ ਦਿੱਤਾ ਜੀ ਵਿਆਹ ਦੇ ਪਹਿਲੇ ਦਿਨ ਉਹ ਚਲੇ ਗਈ ਵਿਚਾਰੀ ਕਿਉਂਕਿ ਜਾਣਾ ਹੀ ਸੀਗਾ ਜੀ ਜੀ ਜਿਸ ਵੇਲੇ ਗਈ ਤਾਂ ਜਿਸ ਵੇਲੇ ਰਾਤ ਨੂੰ ਮਤਲਬ ਕਮਰੇ ਦੇ ਵਿੱਚ ਹਾਂਜੀ ਆਪਸ ਵਿੱਚ ਮਿਲਦੇ ਹੁੰਦੇ ਆ ਆਪਸ ਵਿੱਚ ਮਿਲਣਾ ਹੁੰਦਾ ਹਾਂਜੀ ਤੇ ਜਿਸ ਵੇਲੇ ਮੁੰਡਾ ਗਿਆ ਅੰਦਰ ਜਾਣ ਲੱਗਾ ਹਾਂਜੀ ਤੇ ਜਦੋਂ ਉਹਨੇ ਦਰਵਾਜ਼ਾ ਖੋਲ੍ਹਿਆ ਤੇ ਉਹ ਕੀ ਦੇਖਦਾ ਕੁੜੀ ਜਿਹੜੀ ਆ ਉਹਦੇ ਵਾਲ ਖਿਲਰੇ ਆ ਉਨੇ ਹੋਰ ਤਰ੍ਹਾਂ ਮੂੰਹ ਬਣਾਇਆ ਆ ਭੂਤਾਂ ਕੋ ਗੱਲਾਂ ਕਰਦੀ ਆ ਉਹਨੇ ਚੀਜ਼ਾਂ ਚੁੱਕ ਚੁੱਕ ਮਾਰੀਆਂ ਛੱਟ ਛੱਟ ਮਾਰੀਆਂ ਬੜੇ ਹੈਰਾਨ ਹੋਏ ਕਹਿੰਦੇ ਜੀ ਚੰਬੜ ਗਿਆ ਕੋਈ ਜੀ ਉਹਨਾਂ ਦੋ ਤਿੰਨ ਸਿਆਣਿਆਂ ਨੂੰ ਵੀ ਦਿਖਾਇਆ ਔਰ ਸਿਆਣੇ ਜਿਹੜੇ ਸੀਗੇ ਉਹ ਸਿਆਣਿਆਂ ਨੇ ਵੀ ਉਹਨਾਂ ਕਰਤਾ ਜੀ ਤੁਹਾਡੇ 4-5 ਮਹੀਨੇ ਲੱਗਣੇ ਆ ਇਸ ਕਰਕੇ ਤੁਸੀਂ ਭਰੋ ਐਤਵਾਰ ਨੂੰ ਆਓ ਤੇ ਅਸੀਂ ਭੂਤ ਕੱਢ ਦਵਾਂਗੇ ਜੀ لیکن ਹੋਇਆ ਕਿ ਕਿ ਇੱਕ ਦਿਨ ਕਿਉਂਕਿ ਉਹ ਥੋੜੇ ਜਿਹੇ ਬੰਦੇ ਉਸ ਵੇਲੇ ਸਿਆਣੇ ਵੀ ਸਨ ਉਹਨਾਂ ਦੇ ਕਿਸੇ ਨੂੰ ਮੁੰਡੇ ਨੂੰ ਕਹਿਤਾ ਵੀ ਤੂੰ ਦੇਖ ਭੂਤ ਭਾਤ ਕੋਈ ਨਹੀਂ ਹੁੰਦੇ ਤੂੰ ਇਹਨੂੰ ਜਰਾ ਦੇਖ ਜਰਾ ਅਸਲ ਕਾਰਨ ਦੇਖ ਪਿੱਛੇ ਕੀ ਆ ਉਹਨੇ ਸ਼ਰਾਬ ਪੀ ਕੇ ਮੁੰਡਾ ਚੱਲ ਗਿਆ ਦੂਸਰੀ ਰਾਤ ਜਿਹੜੀ ਸੀ ਉਹ ਰਾਤ ਸੀ ਚਾਹ ਵੀ ਕਿ ਉਹਨੇ ਟਪੇੜਾ ਪੂਰਾ ਮਾਰੀਆਂ ਉਹਦੇ ਕਹਿੰਦਾ ਕੋਈ ਭੂਤ ਭਾਤ ਨਹੀਂ ਤੂੰ ਡਰਾਮੇ ਕਰਦੀਆਂ ਜੇ ਕਰਦੀਆਂ ਉਹ ਕਰਦੀਆਂ ਉਸ ਵੇਲੇ ਮੰਨ ਗਏ ਕੰਦੇ ਠੀਕ ਆ ਮੈਂ ਨਾਮ ਕਰਦੀ ਪਰ ਪਰ ਮੌਜੂਦਾ ਸਮੇਂ ਦੇ ਵਿੱਚ ਦੇਖਦੇ ਹਾਂ ਕਿ ਇਸ ਭੂਤ ਪ੍ਰੇਤ ਦੇ ਨਾਮ ਦੇ ਥਲੇ ਬਹੁਤ ਜ਼ਿਆਦੇ ਡੇਰਿਆਂ ਵੱਲੋਂ ਲੜਕੀਆਂ ਦਾ ਬੱਚੀਆਂ ਦਾ ਸ਼ੋਸ਼ਣ ਆਰਥਿਕ ਸ਼ੋਸ਼ਣ ਧਾਰਮ ਪਰਮਾਰਥਿਕ ਤੌਰ ਤੇ ਆਰਥਿਕ ਸ਼ੋਸ਼ਣ ਸਮਾਜਿਕ ਸ਼ੋਸ਼ਣ ਜਾਂ ਫਿਰ ਉਹਨਾਂ ਦਾ ਸਰੀਰਕ ਸ਼ੋਸ਼ਣ ਵੀ ਕੀਤਾ ਜਾਂਦਾ ਹੈ ਪੜੇ ਲਿਖੇ ਮੁਲਕਾਂ ਦੇ ਵਿੱਚ ਵੀ ਆਮ ਦੇਖਣ ਨੂੰ ਮਿਲਦਾ ਹੈ ਇੰਗਲੈਂਡ ਦੀ ਇੱਕ ਘਟਨਾ ਹੈ ਮੈਂ ਸੁਣ ਰਿਹਾ ਸੀ ਕਿ ਇੱਕ ਲੜਕੀ ਨੂੰ ਉੱਥੋਂ ਦੇ ਕਿਸੇ ਡੇਰੇਦਾਰ ਵੱਲੋਂ ਗਰਮ ਚਿਮਟੇ ਲਾ ਲਾ ਕੇ ਹੀ ਉਸ ਦਾ ਕਤਲ ਕਰ ਦਿੱਤਾ ਗਿਆ ਕਿ ਇਸ ਦੇ ਵਿੱਚ ਭੂਤ ਨੇ ਉਹ ਕੱਢੇ ਜਾਣੇ ਆ ਪੰਜਾਬ ਵਿੱਚ ਤਾਂ ਅਜਿਹੀਆਂ ਘਟਨਾ ਆਮ ਨਹੀਂ ਵੀ ਜਿੱਥੇ ਬਲਾਤਕਾਰ ਜ਼ਬਰ ਜਨਾਹ ਭੂਤ ਪ੍ਰੇਤ ਦੇ ਨਾਮ ਥਲੇ ਜਿਹੜਾ ਸਾਰਾ ਕੁਝ ਸਾਇਆ ਚੱਲਦਾ ਹੈ ਇਸ ਸੰਦਰਭ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਕਿ ਅਨਪੜ੍ਹ ਬੰਦੇ ਇਹ ਕੰਮ ਹੋਣ ਉਹਨਾਂ ਦੀ ਅਗਿਆਨਤਾ ਹੋ ਸਕਦੀ ਹੈ ਪਰ ਪੜ੍ਹੇ ਲਿਖੇ ਮੁਲਕਾਂ ਦੇ ਵਿੱਚ ਸਾਡੇ ਤੁਸੀਂ ਇੱਥੇ ਅਖਬਾਰਾਂ ਦੇ ਵਿੱਚ ਦੇਖੋ ਉਹਨਾਂ ਦੇ ਵਿੱਚ ਵੀ ਬਥੇਰਾ ਕੁਝ ਅਜਿਹਾ ਲਿਖੇ ਐਡਾ ਆ ਰਹੀਆਂ ਨੇ ਤੁਸੀਂ ਕੀ ਕਹਿਣਾ ਚਾਹੋਗੇ ਜੀ ਮੈਂ ਸਮਝਦਾ ਭੂਤ ਪ੍ਰੇਤ ਦਾ ਜਿਹੜਾ ਖਾਸ ਕਾਰਨ ਹੈ ਨਾ ਪੰਜਾਬ ਦੇ ਵਿੱਚ ਜਿਹੜਾ ਤੁਸੀਂ ਇੰਗਲੈਂਡ ਦੀ ਘਟਨਾ ਵੀ ਦੱਸੀ ਆ ਜੀ ਉਹ ਵੀ ਪੰਜਾਬੀਆਂ ਦੇ ਵਿੱਚ ਹੀ ਹੋਈ ਆ ਹਾਂਜੀ ਬਿਲਕੁਲ ਕਿਉਂਕਿ ਅਮਰੀਕਾ ਦੇ ਵਿੱਚ ਕਿਤੇ ਭੂਤ ਨਹੀਂ ਦਿਖਾਈ ਦਿੰਦਾ ਜੀ ਲੇਕਿਨ ਅਮਰੀਕਾ ਵਿੱਚ ਪੰਜਾਬੀਆਂ ਦੇ ਸਰ ਭੂਤ ਵੈਸੇ ਚੜ ਵੀ ਜਾਂਦੇ ਆ ਖਾਸ ਕਾਰਨ ਇਹ ਹੀ ਆ ਕਿਤੇ ਸਰਵਰੀਏ ਜਿਹੜੇ ਆ ਉਹਨਾਂ ਦੀ ਅਸੀਂ ਪ੍ਰੋਮੋਸ਼ਨ ਕੀਤੀ ਆ ਦੂਸਰਾ ਗੁਰੂ ਘਰ ਵਿੱਚੋਂ ਅ ਜਿਹੜੇ ਸੋਢੀ ਵਲਸ ਵਿੱਚੋਂ ਇੱਕ ਧੀਰਮੱਲੀ ਹੋਇਆ ਉਹਨਾਂ ਵਿੱਚ ਬਾਬਾ ਉਡਵਾਰ ਭਗਤ ਸਿੰਘ ਜੀ ਹੋਇਆ ਜੀ ਬਾਬਾ ਉਡਵਾਰ ਭਗਤ ਸਿੰਘ ਜੀ ਨੇ ਪਹਿਲਾ ਕਰਤਾਰਪੁਰ ਦੇ ਵਿੱਚ ਉਹਨਾਂ ਦਾ ਭੂਤ ਕੱਢਣ ਦਾ ਜਿਹੜਾ ਸੀ ਉਹ ਆਪਣਾ سلسلہ ਲੈ ਲਿਆ ਪਹਿਲਾ ਕਰਤਾਰਪੁਰ ਵਿੱਚ ਉਹਨਾਂ ਦਾ ਡੇਰਾ ਸੀ ਜਿੱਥੇ ਭੂਤ ਕੱਢੇ ਜਾਂਦੇ ਸੀ ਫਿਰ ਹਿਮਾਚਲ ਦੇ ਵਿੱਚ ਉਹਨਾਂ ਜ਼ਿਲ੍ਹੇ ਦੇ ਵਿੱਚ ਇੱਕ ਬਾਬਾ ਟੋਹਾ ਸਿੰਘ ਦਾ ਬਹੁਤ ਵੱਡਾ ਡੇਰਾ ਹੈ ਉੱਥੇ ਲੋਕੀ ਜਿਹੜੇ ਆ ਹੋਲੀ ਵਾਲੇ ਦਿਨ ਤੇ ਵਿਸਾਖੀ ਵਾਲੇ ਦਿਨ ਕੋਈ ਲੱਖਾਂ ਦੀ ਗਿਣਤੀ ਵਿੱਚ ਜਾਂਦੇ ਆ ਜਿੱਥੇ ਭੂਤ ਕੱਢੇ ਜਾਂਦੇ ਆ ਜੀ ਔਰ ਉਹ ਲੋਕ ਉਥੋਂ ਕੀ ਲੈ ਕੇ ਆਉਂਦੇ ਆ ਤੋ ਇਹ ਲੈ ਕੇ ਆਉਂਦੇ ਆ ਕਿ ਭੂਤ ਹੁੰਦੇ ਹਨ ਉਹ ਜਿਹੜੇ ਆ ਉਹਨਾਂ ਦਾ ਐਗਜ਼ਿਸਟ ਹੁੰਦੀ ਆ ਇਹੀ ਜਿਹੜੀ ਸੋਚ ਲੈ ਕੇ ਆਉਂਦੇ ਹਨ ਇਸ ਕਰਕੇ ਭੂਤ ਪ੍ਰੇਤਾਂ ਦਾ ਬਹੁਤ ਬੋਲਬਾਲਾ ਜਿਹੜਾ ਹਿੰਦੁਸਤਾਨ ਵਿੱਚ ਹੈ ਦੂਸਰਾ ਇਹ ਵੀ ਹੈ ਕਿ ਸਾਡੇ ਜਿਹੜੇ ਕੁਝ ਪ੍ਰਚਾਰਕ ਹਨ ਜੀ ਉਹ ਸਿਰਫ ਇਹ ਗੱਲ ਕਿ ਕਈ ਕੋਟ ਭੂਤ ਪ੍ਰੇਤ ਕੇ ਗੁਰੂ ਸਾਹਿਬ ਨੇ ਭੂਤ ਸ਼ਬਦ ਲੈ ਆਂਦਾ ਤੇ ਇਸ ਕਰਕੇ ਭੂਤ ਹਨ ਉਹ ਉਹ ਪੂਤਾਂ ਦੀ ਕਰਦੇ ਹਨ ਕਈ ਤਾਂ ਇੱਥੋਂ ਤੱਕ ਵੀ ਕਹਿ ਦਿੰਦੇ ਹਨ ਕਿ ਅਸੀਂ ਪੂਤਾਂ ਨਾਲ ਗੱਲਾਂ ਕੀਤੀਆਂ ਹਨ ਕਈ ਕਹਿੰਦੇ ਹਨ ਗੁਰੂ ਸਾਹਿਬ ਕਹਿੰਦੇ ਹਨ ਪੂਤ ਕਰਕੇ ਹਨ ਲੇਕਿਨ ਗੁਰੂ ਸਾਹਿਬ ਨੇ ਕਿਸ ਸੰਦਰਭ ਵਿੱਚ ਆਖਿਆ ਹੈ ਉਹ ਉਹ ਗੱਲ ਜਿਹੜੀ ਆ ਉਹ ਭੁੱਲ ਜਾਂਦੇ ਹਨ ਉਹ ਲੋਕਾਂ ਨੂੰ ਨਹੀਂ ਦੱਸਦੇ ਤੋਂ ਸਾਨੂੰ ਚਾਹੀਦਾ ਹੈ ਕਿ ਅਸੀਂ ਸਾਡੇ ਜੋ ਪ੍ਰਚਾਰਕ ਹੈ ਉਹ ਸਹੀ ਪ੍ਰਚਾਰ ਕਰਨ ਔਰ ਸਹੀ ਢੰਗ ਦੇ ਨਾਲ ਗੁਰੂ ਸਾਹਿਬਾਂ ਦੀ ਜਿਹੜੀ ਸਹੀ ਸਿੱਖਿਆ ਹੈ ਉਸ ਨੂੰ ਲੋਕਾਂ ਤੱਕ ਪਹੁੰਚਾਉਣ ਤਾਂ ਥੋੜਾ ਜਿਹਾ ਥਲ ਜਿਹੜਾ ਹੈ ਇਸ ਵਿੱਚ ਹੋ ਸਕਦਾ ਹੈ ਕਿਉਂਕਿ ਕਈ ਸਾਡੇ ਲੋਕ ਜਿਹੜੇ ਹਨ ਪੰਜਾਬੀ ਉਹ ਪ੍ਰਚਾਰਕਾਂ ਦੀਆਂ ਗੱਲਾਂ ਜਿਹੜੀਆਂ ਹਨ ਉਹ ਛੇਤੀ ਮੰਨ ਲੈਂਦੇ ਹਨ ਉਹਨਾਂ ਨੂੰ ਪੂਰੀ ਧਿਆਨ ਨਾਲ ਸੁਣਦੇ ਆ ਔਰ ਉਹਨਾਂ ਨੂੰ ਪੱਤਰ ਦਾ ਹਕੀਰ ਮੰਨ ਲੈਂਦੇ ਆ ਇਸ ਕਰਕੇ ਪ੍ਰਚਾਰਕਾਂ ਦੀ ਜ਼ਿੰਮੇਵਾਰੀ ਹੈ ਉਹ ਭੂਤ ਪ੍ਰੇਤਾਂ ਨੂੰ ਜਿਹੜਾ ਨਾ ਉਹਨਾਂ ਨੇ ਬढ़ावा ਦਿੱਤਾ ਹੈ ਇਹ ਪ੍ਰਚਾਰਕਾਂ ਦੀ ਵੀ ਸਾਡੇ ਜ਼ਿੰਮੇਵਾਰੀ ਹੈ ਤੇ ਮੈਂ ਆਮ ਸੁਣਿਆ ਵੀ ਇੱਕ ਬਠਿੰਡੇ ਇਲਾਕੇ ਦੇ ਵਿੱਚ ਭੂਤਾਂ ਵਾਲਾ ਖੂਬ ਵੀ ਹੈਗਾ ਜੀ ਵੀ ਐਸੀਆਂ ਗੱਲਾਂ ਜਦੋਂ ਬਣਾਈਆਂ ਜਾਂਦੀਆਂ ਨੇ ਲੋਕਾਂ ਨੂੰ ਦੱਸੀਆਂ ਜਾਂਦੀਆਂ ਫਿਰ ਲੋਕ ਕਿਉਂ ਨਾ ਮੰਨਣ ਤੇ ਇਸ ਦਾ ਪੱਕਾ ਇਲਾਜ ਗੁਰਮਤ ਅਨੁਸਾਰ ਕੀ ਹੈ ਇਹ ਸਿਰਫ ਭਾਈ ਸਾਹਿਬ ਜੀ ਮਨੋਤ ਆ ਜੀ ਕਿ ਆ ਇੱਥੇ ਹੁੰਦਾ ਆ ਇੱਥੇ ਹੁੰਦਾ ਤੁਸੀਂ ਜੋ ਮਰਜ਼ੀ ਮੰਨ ਲਓ ਜੀ ਅਸੀਂ ਸਵਰਗ ਨੂੰ ਵੀ ਮੰਨਿਆ ਅਸੀਂ ਨਰਕ ਨੂੰ ਵੀ ਮੰਨਿਆ ਨਹੀਂ ਉਹ ਤਾਂ ਚਲੋ ਗੁਰਬਾਣੀ ਵਿੱਚ ਦੱਸਿਆ ਰਹਿ ਗਿਆ ਅਸਲ ਸਵਰਗ ਕੀ ਹੈ ਗੁਰੂ ਦੇ ਨੇੜੇ ਹੋਣਾ ਉਹ ਵੀ ਮੰਨਿਆ ਆ ਇਹ ਸਾਰਾ ਕੁਝ ਅਸੀਂ ਮੰਨਣ ਦੇ ਵਿੱਚ ਹੀ ਸਾਡੇ ਆਇਆ ਆ ਔਰ ਮੰਨੀ ਹੋਈ ਚੀਜ਼ ਜਿਹੜੀ ਆ ਉਹ ਕੋਈ ਮੈਨਾ ਨਹੀਂ ਰਖਾਉਂਦੀ ਅਸਲ ਵਿੱਚ ਤੁਹਾਡਾ ਕੀ ਸਵਾਲ ਸੀ ਕਿ ਵੀ ਭੂਤਾਂ ਵਾਲਾ ਖੂਹ ਹੈਨਾ ਬਥੇਰੇ ਜਗਾ ਦੇ ਡੇਰੇ ਜਿੱਥੇ ਭੂਤਾਂ ਕੱਡੇ ਆ ਇਹ ਇਹ ਚੀਜ਼ਾਂ ਦੇ ਸਾਨੂੰ ਪ੍ਰਮੋਟ ਕਰ ਰਹੀਆਂ ਕਿਉਂਕਿ ਇਹਨਾਂ ਦਾ ਜਿਹੜਾ ਪ੍ਰਚਾਰ ਬਹੁਤ ਹੋ ਰਿਹਾ ਇਹਨਾਂ ਚੀਜ਼ਾਂ ਦਾ ਖਾਸ ਤੌਰ ਤੇ ਪੰਜਾਬ ਵਿੱਚ ਪੰਜਾਬੀਆਂ ਵਿੱਚ ਔਰ ਤੁਸੀਂ ਇੱਥੇ ਇੱਥੇ ਦੀਆਂ ਅਖਬਾਰਾਂ ਵੀ ਦੇਖੋਗੇ ਤੁਸੀਂ ਜਿਹੜੀਆਂ ਇੰਗਲੈਂਡ ਅਮਰੀਕਾ ਵਿੱਚ ਕੈਨੇਡਾ ਵਿੱਚ ਵੀ ਸ਼ਬਦੀਆਂ ਉਹਨਾਂ ਵਿੱਚ ਪੰਜਾਬੀ ਅਖਬਾਰਾਂ ਵਿੱਚ ਭੂਤਾਂ ਦੀ ਪ੍ਰੇਤਾਂ ਨੂੰ ਕੱਢਣ ਦੀਆਂ ਜਿਹੜੀਆਂ ਐਡਵਰਟਾਈਜ਼ਮੈਂਟ ਆਉਂਦੀਆਂ ਹੋਰ ਕਿਤੇ ਨਹੀਂ ਆਉਂਦੀਆਂ ਮੌਜੂਦਾ ਦੌਰ ਦੇ ਹਾਂ ਥੋੜੇ ਸਮੇਂ ਚ ਵੱਡੀ ਗੱਲ ਕਹਿਣੀ ਹੋਵੇ ਮੌਜੂਦਾ ਦੌਰ ਦੇ ਭੂਤ ਪ੍ਰੇਤ ਕਿਹੜੇ ਆ ਜੀ ਅੱਜ ਦੇ ਅੱਜ ਦੇ ਭੂਤ ਪ੍ਰੇਤ ਉਹੀ ਆ ਜਿਹੜੇ ਕਬੀਰ ਸਾਹਿਬ ਨੇ ਆਕੇ ਆ ਸੋ ਘਰ ਮਰਹਟਸਾਰ ਕੇ ਭੂਤ ਵਜੇ ਤੇ ਨਾਮ ਤਿੰਨ ਮਾਏ ਅਸਲ ਵਿੱਚ ਭੂਤੇ ਪ੍ਰੇਤ ਇਨਸਾਨ ਹੀ ਹਨ ਉਹ ਇਨਸਾਨ ਜਿਸ ਦੇ ਘਰ ਵਿੱਚ ਭੰਗ ਭੁਜਦੀ ਹੈ ਜਿਸ ਦੇ ਵਿੱਚ ਗਰੀਬੀ ਹੈ ਜਿਸ ਦੇ ਵਿੱਚ جہਾਲਤ ਹੈ ਜਿਹੜੇ ਇੱਕ ਦੂਜੇ ਨਾਲ ਲੜਦੇ ਹਨ ਤੀਵੀ ਆਦਮੀ ਨੂੰ ਗਾਲਾਂ ਕੱਢਦੀ ਹੈ ਆਦਮੀ ਤੀਵੀ ਨੂੰ ਗਾਲਾਂ ਕਰਦੇ ਆ ਬੱਚਿਆਂ ਨੂੰ ਕੁੱਟਦੇ ਰਹਿੰਦੇ ਹਨ ਮਾਰਦੇ ਰਹਿੰਦੇ ਹਨ ਗੁਰਬਾਣੀ ਚੰਦਾ ਕੰਮ ਜਿਉਂ ਮਾਇਆ ਦੇ ਮੋਹ ਦੇ ਵਿੱਚ ਜਿਹੜੇ ਫਸੇ ਹੋਇਆ ਹਨ ਕਲੀ ਅੰਦਰ ਉਹ ਅਸਲ ਵਿੱਚ ਭੂਤ ਆ ਕਲੀ ਅੰਦਰ ਨਾਨਕਾ ਹਾਂ ਕਲਯੁਗ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਹਨ ਕਲਯੁਗ ਦੇ ਵਿੱਚ ਜਿੰਨ ਭੂਤ ਪੈਦਾ ਹੋ ਰਹੇ ਹਨ ਕਿਉਂਕਿ ਅਸੀਂ ਜਿਨ੍ਹਾਂ ਤੋਂ ਜਿਨ੍ਹਾਂ ਨੇ ਪੈਦਾ ਕਰਨੇ ਹਨ ਅਸੀਂ ਆਪ ਜਿੰਨ ਭੂਤ ਆ ਅਸੀਂ ਆਪ ਮਾਇਆ ਦੇ ਮੋਹ ਵਿੱਚ ਫਸੇ ਹੋਏ ਆ ਅਸਲ ਵਿੱਚ ਮਾਇਆ ਦੇ ਮੋਹ ਵਿੱਚ फस ਕੇ ਮਾਇਆ ਦੀ ਗੱਲ ਨਹੀਂ ਇੱਥੇ ਮਾਇਆ ਵਰਤਣੀ ਹੈ ਅਸੀਂ ਮਾਇਆ ਜਿੰਨੀ ਮਰਜ਼ੀ ਸਾਡੇ ਕੋਲ ਹੋਵੇ ਲੇਕਿਨ ਮਾਇਆ ਦਾ ਜਿਹੜਾ ਮੋਹ ਹੈ ਉਹ ਅਲੱਗ ਚੀਜ਼ ਹੈ ਮਾਇਆ ਦੇ ਮੋਹ ਵਿੱਚ ਜਿਹੜਾ ਫਸਿਆ ਹੋਇਆ ਇਨਸਾਨ ਹੈ ਉਹ ਅਸਲ ਵਿੱਚ ਭੂਤ ਹੈ ਉਹ ਅਸਲ ਵਿੱਚ ਪ੍ਰੇਤ ਹੈ ਉਹ ਹੀ ਅਸਲ ਵਿੱਚ ਜਿਹੜਾ ਹੈ ਸਾਰਾ ਅੱਜ ਦੇ ਯੁੱਗ ਦੇ ਵਿੱਚ ਜਿਹੜੇ 4-4 ਸਾਲ ਦੀਆਂ ਬੱਚੀਆਂ ਦੇ ਨਾਲ ਜ਼ਬਰਜਨਾਹ ਕਰਦੇ ਐ ਜਿਹੜੇ ਨਸ਼ਿਆਂ ਦੇ ਸੌਦਾਗਰ ਨੇ ਜਿਹੜੇ ਨਸ਼ਿਆਂ ਦੇ ਨਾਲ ਆਪਣੇ ਮਾਪਿਓ ਨੂੰ ਕੁੱਟਦੇ ਐ ਆਪਣੇ ਮਾਤਾ ਪਿਤਾ ਦਾ ਸਤਕਾਰ ਨਹੀਂ ਕਰਦੇ ਸਮਾਜ ਦੇ ਵਿੱਚ ਬੇੜਾ ਘਰਕ ਕਰਦੇ ਐ ਤੇ ਨਾਲ ਹੀ ਜਿਹੜੇ ਮੌਜੂਦਾ ਦੌਰ ਦੇ ਐਸੇ ਲੀਡਰ ਨੇ ਰਾਜਨੀਤਿਕ ਤੌਰ ਤੇ ਜੇ ਕਿਹਾ ਜਾਵੇ ਧਾਰਮਿਕ ਤੌਰ ਦੇ ਉੱਤੇ ਐਸੇ ਲੀਡਰ ਵੀ ਨੇ ਜਿਹੜੇ ਕਿ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਤਰ੍ਹਾਂ ਭੁੱਲ ਚੁੱਕੇ ਨੇ ਕਿ ਉਹ ਭੂਤ ਨਹੀਂ ਅਸਲ ਵਿੱਚ ਉਹ ਹੀ ਭੂਤ ਪ੍ਰੇਤ ਆ ਤੇ ਸਾਨੂੰ ਐਸੇ ਭੂਤ ਸਾਨੂੰ ਚੁੰਬੜੇ ਹੋਏ ਆ ਸਾਨੂੰ ਐਸੇ ਭੂਤਾਂ ਪ੍ਰੇਤਾਂ ਤੋਂ ਛੁਟਕਾਰਾ ਦੇਣ ਦੀ ਲੋੜ ਨਹੀਂ ਹੈ ਆ ਬਿਲਕੁਲ ਇਹਨਾਂ ਪੂਤਾਂ ਤੋਂ ਛੁਟਕਾਰਾ ਤਾਂ ਹੀ ਹੋ ਸਕਦਾ ਹੈ ਅਸਲ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਨੇ ਅਜੇ ਭੂਤਾਂ ਤੋਂ ਛੁਟਕਾਰਾ ਪਾਉਣ ਲਈ ਹੀ ਗੁਰਬਾਣੀ ਜੜੀ ਉਹ ਰਜੀ ਸੀ ਅੱਜ ਲੋੜ ਇਸ ਗੱਲ ਦੀ ਆ ਭਈ ਅਸੀਂ ਉਸ ਗੁਰਬਾਣੀ ਨੂੰ ਪੜਹੀਏ ਉਸ ਨੂੰ ਸਮਝੀਏ ਔਰ ਉਸ ਦੇ ਅਮਲ ਕਰੀਏ ਜਿੰਨਾ ਚਿਰ ਅਸੀਂ ਗੁਰਬਾਣੀ ਨੂੰ ਗੁਰਬਾਣੀ ਦੇ ਵਿਚਾਰ ਨੂੰ ਪੂਰੀ ਤਰ੍ਹਾਂ ਵਿਚਾਰ ਨਹੀਂ ਕਰਦੇ ਸਮਝਦੇ ਨਹੀਂ ਉਹਨਾਂ ਚਿਰ ਅਸੀਂ ਇਹੋ ਜੀਆਂ جہالت ਭਰੀਆਂ ਗੱਲਾਂ ਜਿਹੜੀਆਂ ਹਨ ਉਹਨਾਂ ਤੋਂ ਪਿੱਛੇ ਨਹੀਂ ਹਟ ਸਕਦੇ ਉਹਨਾਂ ਤੋਂ ਅਸੀਂ ਦੂਰ ਨਹੀਂ ਹੋ ਸਕਦੇ ਅਸਲ ਵਿੱਚ ਗੁਰਬਾਣੀ ਨੂੰ ਪੜਨਾ ਔਰ ਗੁਰੂ ਸਾਹਿਬਾਂ ਦੇ ਦੱਸੇ ਹੋਏ ਅਨੁਸਾਰ ਆਪਣਾ ਜੀਵਨ ਦੱਸਿਓ ਜੁਗਤ ਦੇ ਅਨੁਸਾਰ ਆਪਣਾ ਜੀਵਨ ਜਦ ਜਿਉਾਂਗੇ ਤਾਂ ਅਸੀਂ ਇਹਨਾਂ ਭੂਤਾਂ ਪਿੜਤਾ ਤੋਂ ਆਪਣੇ ਆਪ ਸ਼ੁਕਰਾਂ ਪਾ ਜਾਵਾਂਗੇ ਗੁਰੂ ਸਾਹਿਬ ਨੇ ਬੜਾ ਆਸਾਨ ਬੜਾ ਸੌਖਾ ਤਰੀਕਾ ਜਿਹੜਾ ਹੈ ਉਹ ਸਾਨੂੰ ਦੱਸਿਆ ਹੈ ਆਪਣੀ ਜੀਵਨ ਦਾ ਸਿਰਫ ਮੈਂ ਦੋ ਸ਼ਲੋਕਾਂ ਦੇ ਵਿੱਚ ਉਹ ਦੱਸ ਕੇ ਤੇ ਆਪਾਂ ਉਹਨਾਂ ਵਿੱਚ ਸਭ ਤੋਂ ਪਹਿਲਾਂ ਗੁਰੂ ਸਾਹਿਬ ਕਹਿੰਦੇ ਹਨ ਕਿ ਉਦਮ ਕਰਿੰਦਿਆਂ ਜਿਉ ਤੂੰ ਕਮਾਮ ਦੀਆਂ ਸੁਖ ਪੁੰਚ ਤੇ ਆਏ ਨੇ ਆ ਤੂੰ ਪ੍ਰਭੂ ਬਲ ਨਾਨਕ ਉਤਰੀ ਚੰਦ ਵਾ ਇਹ ਸਿਰਫ ਉਦਮ ਕਰਕੇ ਆਪਾਂ ਉਸ ਵਾਹਿਗੁਰੂ ਦੀ ਨਾਲ ਵੀ ਜੁੜਨਾ ਹੈ ਉਦੋਂ ਕਰਕੇ ਆਪਾਂ ਕਮਾਈ ਵੀ ਕਰਨੀ ਹੈ ਔਰ ਕਮਾਈ ਕਰਕੇ ਆਪਾਂ ਸਹੂਲਤਾ ਜੜੀਆਂ ਹਨ ਉਹ ਸਾਰਿਆਂ ਨੂੰ ਆਪਣੇ ਨਾਲ ਲਿਆਉਣਾ ਹੈ ਤਾਂ ਇਸੇ ਤਰ੍ਹਾਂ ਪਰਮਾਤਮਾ ਨੂੰ ਆਪਣੇ ਅੰਦਰ ਯਾਦ ਰੱਖ ਕੇ ਉਸ ਦੀ ਖੂਦ ਨੂੰ ਸਵੀਕਾਰ ਕਰਕੇ ਆਪਾਂ ਉਸ ਵਾਹਿਗੁਰੂ ਦੇ ਨਾਲ ਜੁੜਨਾ ਹੈ ਤੇ ਜਦੋਂ ਸਾਡੀ ਇਹ ਜੁਗਤ ਹੁੰਦੀ ਹੈ ਤੇ ਦੂਜੇ ਸ਼ਲੋਕ ਵਿੱਚ ਵੀ ਗੁਰੂ ਸਾਹਿਬ ਕਹਿੰਦੇ ਹਨ ਕਿ ਨਾਨਕ ਸਤਗੁਰੂ ਭੇਟਿਏ ਪੂਰੀ ਹੋਵੇ ਜੋਗਤ ਪਸੰਦਿਆਂ ਕੱਢੰਦਿਆਂ ਪੈਨੰਦਿਆਂ ਕਾਵੰਦਿਆਂ ਵਿਚੇ ਹੋਵੇ ਮੁਕਤ ਇਹ ਇਹ ਇਨ੍ਹਾਂ అలਮਤਾ ਤੋਂ ਮੁਕਤ ਹੋਣ ਦੀ ਸਭ ਤੋਂ ਵੱਡੀ ਜੋਗਤ ਹੈ ਜਿਹੜੀ ਗੁਰੂ ਸਾਹਿਬ ਮੈਨੂੰ ਦੱਸੀ ਹੈ ਕਿ ਅਸੀਂ ਕਿਵੇਂ ਜੀਵਨ ਜਿਹੜਾ ਹੈ ਮੀਤ ਕਰਨਾ ਜੀਵਨ ਜਿਉਣ ਦਾ ਢੰਗ ਸਾਨੂੰ ਗੁਰਬਾਣੀ ਦੱਸਦੀ ਹੈ ਗੁਰਬਾਣੀ ਅਨੁਸਾਰ ਹੀ ਸਾਡੀ ਜੀਵਨ ਜੁਗਤ ਹੋਣੀ ਚਾਹੀਦੀ ਹੈ ਸਾਡੀ ਜੀਵਨ ਦੇਣ ਦੀ ਸ਼ੁਰੂਆਤ ਹੀ ਜਦੋਂ ਅਸੀਂ ਸਾਨੂੰ ਸਤਿਗੁਰੂ ਜੀ ਨੇ ਨਿਤਨੇਮ ਬਖਸ਼ਿਆ ਹੈ ਨਿਤਨੇਮ ਦਾ ਮਤਲਬ ਹੀ ਹੈ ਕਿ ਅਸੀਂ ਆਪਣੇ ਜੀਵਨ ਜਿਉਣ ਦਾ ਢੰਗ ਸਿੱਖੀਏ ਤੇ ਪਿਆਰੇ ਦਰਸ਼ਕੋ ਅੱਜ ਅਸੀਂ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ 550 ਸਾਲਾ ਪ੍ਰਕਾਸ਼ ਪੂਰਵ ਮਨਾਣ ਜਾ ਰਿਹਾ ਤੇ ਇਸ ਤੋਂ ਵੱਡੀ ਕੋਈ ਗਿਫਟ ਨਹੀਂ ਹੋਏਗਾ ਕਿ ਅਸੀਂ ਆਪਣੇ ਮਨਾਂ ਦੇ ਅੰਦਰੋਂ ਐਸੇ ਬਹਿਮ ਐਸੇ ਭਰਮ ਅਸੀਂ ਅਗਿਆਨਤਾ ਕੱਢ ਦਈਏ ਕਿ ਐਸਾ ਕੁਝ ਵੀ ਨਹੀਂ ਹੈ ਜਿਹੜੇ ਜਿਉਂਦੇ ਜਾਂਦੀ ਜਾਗਦੀਆਂ ਲਾਸ਼ਾਂ ਇਹ ਭੂਤ ਪ੍ਰੇਤ ਤੁਰੇ ਫਿਰਦੇ ਆ ਅਸੀਂ ਅਸਲ ਇਹਨਾਂ ਦੀ ਪਛਾਣ ਕਰ ਲਈਏ ਜਿਨ੍ਹਾਂ ਨੇ ਸਮਾਜ ਨੂੰ ਬਹੁਤ ਨੀਚੇ ਪੱਧਰ ਤੇ ਲੈ ਕੇ ਆਇਆ ਹੈ ਤੁਹਾਡਾ ਬਹੁਤ ਬਹੁਤ ਧੰਵਾਦ ਜੀ ਆਹ ਅੰਤ ਵਿੱਚ ਮੈਂ ਇੱਕ ਹੋਰ ਗੱਲ ਕਹਣੀ ਚਾਹੁੰਦਾ ਹਾਂ ਸਾਡੇ ਜਿਹੜੇ ਦਰਸ਼ਕਾਂ ਜਾਂ ਸਾਡੇ ਜਿਹੜੇ ਸਿੱਖ ਧਰਮ ਦੇ ਹਨ ਉਹ ਪ੍ਰਚਾਰਕਾਂ ਨੂੰ ਸੁਣਨ ਵਾਲੇ ਹਨ ਹਾਂਜੀ ਉਹ ਪ੍ਰਚਾਰਕਾਂ ਨੂੰ ਬੜੇ ਧਿਆਨ ਨਾਲ ਜ਼ਰੂਰ ਸੁਣਨ ਹਾਂਜੀ ਲੇਕਿਨ ਉਹ ਜਿਹੜੀ ਗੱਲ ਕਹਿੰਦੇ ਹਨ ਉਸ ਦੇ ਉੱਤੇ ਪਰਖ ਜ਼ਰੂਰ ਕਰਨ ਕਿਉਂਕਿ ਗੁਰੂ ਨਾਨਕ ਪਾਸ਼ਾ ਨੇ ਕਿਹਾ ਹੈ ਕਿ ਜਿੰਨਾ ਚਿਰ ਅਸੀਂ ਪਰਖ ਨਹੀਂ ਕਰਦੇ ਪਰਖ ਕਿਸ ਨਾਲ ਹੋਣੀ ਹੈ ਜੀ ਪਰਖ ਗੁਰਬਾਣੀ ਦੇ ਆਧਾਰ ਦੇ ਉੱਤੇ ਕਰਨੀ ਔਰ ਪਰਖ ਇਹ ਦੇਖਣ ਪਈ ਸਾਡਾ ਦਿਮਾਗ ਜਿਹੜਾ ਹੈ ਸਾਡਾ ਮਨ ਜਿਹੜਾ ਹੈ ਇਸ ਕੱਲ ਨੂੰ ਮੰਨਦਾ ਕਿ ਨਹੀਂ ਮੰਨਦਾ ਉਸ ਦੇ ਬਾਰੇ ਵਿੱਚ ਜਿਹੜੀ ਡੂੰਗੀ ਵਿਚਾਰ ਕਰਨ ਆਹੀ ਅਸੀਂ ਇਹ ਤਾਂ ਛੁਟਕਾਰਾ ਪਾ ਕੋਸੋਟੀ ਸਾਨੂੰ ਗੁਰਬਾਣੀ ਦੀ ਲੈਣੀ ਪੈਣੀ ਹੈ ਵਾ ਗੁਰੂ ਗ੍ਰੰਥ ਸਾਹਿਬ ਸਾਡਾ ਗੁਰੂ ਆ ਗੁਰੂ ਦਾ ਮਤਲਬ ਗਿਆਨ ਹੈ ਜਿੰਨਾ ਵੀ ਗਿਆਨ ਹੈ ਉਹ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਪ੍ਰਾਪਤ ਹੋਣਾ ਹੈ ਔਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹ ਗਿਆਨ ਦੱਸਿਆ ਗਿਆ ਹੈ ਜਿਹੜਾ ਕਿ ਹਰ ਸਮੇਂ ਹਰ ਇੱਕ ਵਾਸਤੇ ਜਿਹੜਾ ਹੈ ਤੁਹਾਡਾ ਸੋ ਮੈਂ ਬਹੁਤ ਧੰਵਾਦ ਜੀ ਇਹ ਸਨ ਤੁਹਾਡਾ ਬਹੁਤ-ਬਹੁਤ ਧੰਵਾਦ ਕਰਦਾ ਹਾਂ ਦੇ ਨਾਲ ਨੇ ਮੈਨੂੰ ਸੰਕਤਾਂ ਦੇ ਰੂਪ ਰੂਪ ਰਾਇਆ ਹੈ ਸੋ ਬਹੁਤ ਧੰਨਵਾਦ ਜੀ ਇਹ ਸੰਸਦਾਰ ਗੁਰ ਇਕਬਾਲ ਸਿੰਘ ਜੀ ਸੇਵਕ ਜੋ ਕਿ ਇੰਡੀਆ ਦੇ ਵਿੱਚ ਰਿਟਾਇਰਡ ਨੇ ਟੈਲੀਫੋਨ ਵਿਭਾਗ ਦੇ ਵਿੱਚ ਐਸ ਡੀਓ ਤੇ ਨਾਲ ਇਹਨਾਂ ਨੇ ਪੰਜ ਕਿਤਾਬਾਂ ਵੀ ਲਿਖੀਆਂ ਹੋਈਆਂ ਨੇ ਉਹ ਕਿਤਾਬਾਂ ਦੇ ਰਾਹੀਂ ਵੀ ਇਹਨਾਂ ਦਾ ਜਿਹੜਾ ਮਨੋਰਥ ਹੈ ਕਿ ਅਸਲ ਗੁਰਜੋਤ ਕੀ ਹੈ ਮਨੁੱਖ ਜੀਵਨ ਜੀਵਨ ਜੁਗਤ ਕੀ ਹੈ ਐਸੀ ਇਹਨਾਂ ਨੇ ਗੁਰਬਾਨੀ ਦੀ ਕਸਬਟੀ ਦੇ ਆਧਾਰ ਤੇ ਕਿਤਾਬਾਂ ਲਿਖੀਆਂ ਨੇ ਅਸੀਂ तहे ਦਿਲੋਂ ਧੰਨਵਾਦ ਕਰਦੇ ਹਾਂ ਤੁਸੀਂ ਆਪਣੇ ਬਿਜ਼ੀ ਸਕੇਡਿਊਲ ਦੇ ਵਿੱਚੋਂ ਸਮਾਂ ਕੱਢਿਆ ਪਿਆਰੇ ਦਰਸ਼ਕੋ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਜ਼ਰੂਰ ਅੱਜ ਦੇ ਵਿਸ਼ੇ ਨੂੰ ਧਿਆਨ ਨਾਲ ਸੁਣ ਕੇ ਆਪਣੇ ਜੀਵਨ ਵਿੱਚ ਅਪਣਾਓਗੇ ਤੇ ਸਤਿਗੁਰੂ ਜੀ ਦੀ ਬਾਣੀ ਦਾ ਪੜ੍ਹ ਕੇ ਵਿਚਾਰ ਕੇ ਸਮਝ ਕੇ ਲਾਹ ਲੋਗੇ ਸੋ ਮੈਂ ਬਹੁਤ ਧੰਨਵਾਦ ਕਰਦਾ ਹਾਂ ਜੀ ਕੈਲੀਫੋਰਨੀਆ ਤੋਂ ਹਰਪਾਲ ਸਿੰਘ ਸੁਨਾਮ ਤੋ ਪੰਜਾਬੀ ਲੋਕ ਚੈਨਲ ਲਈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ